ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਯੂਟਿਊਬ ਚੈਨਲ ਸਾਈਪ੍ਰਸ ਲਾਈਵ ਵਿੱਚ। ਦੋਸਤੋ, ਤੁਸੀਂ ਦੇਖ ਰਹੇ ਹੋ ਸਾਡਾ ਯੂਟਿਊਬ ਚੈਨਲ ਸਾਈਪ੍ਰਸ ਲਾਈਵ। ਦੋਸਤੋ, ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ, ਕਿਉਂਕਿ ਆਪਾਂ ਇਸ ਚੈਨਲ ਦੇ ਵਿੱਚ ਹਮੇਸ਼ਾ ਜਿਹੜੀ ਆ ਸਾਈਪ੍ਰਸ ਬਾਰੇ ਜਾਂ ਹੋਰ ਦੇਸ਼ਾਂ ਬਾਰੇ, ਜਿਹੜੇ ਵੀਜ਼ੇ ਬਾਰੇ ਜੋ ਵੀ ਅਪਡੇਟ ਹੁੰਦੀ ਆਪਾਂ ਵੀਡੀਓ ਅਪਲੋਡ ਕਰਕੇ ਤੁਹਾਡੇ ਤਾਂ ਉਹ ਜਾਣਕਾਰੀ ਪਹੁੰਚਾਉਂਦੇ ਹਾਂ। ਸੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ। ਹੋਰ ਇਸੇ ਤਰ੍ਹਾਂ ਦੀਆਂ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਜਿਹੜਾ ਬਿੱਲ ਦਾ ਨਿਸ਼ਾਨ ਹੁੰਦਾ ਵਾ ਉਹਨੂੰ ਕਲਿੱਕ ਕਰਕੇ ਜਿਹੜੀ ਆ ਆਲ ਨੋਟੀਫਿਕੇਸ਼ਨ ਇਨੇਬਲ ਕਰ ਲਓ। ਸੋ ਦੋਸਤੋ, ਗੱਲ ਸ਼ੁਰੂ ਕਰਦੇ ਹਾਂ ਅੱਜ ਦੀ ਜਿਹੜੀ ਕਿ ਖੁਸ਼ੀ ਵਾਲੀ ਖਬਰ ਆ, ਜਿਹੜੀ ਬਹੁਤ ਵਧੀਆ, ਜਿਹੜਾ ਸਾਰਿਆਂ ਨੂੰ ਉਮੀਦ ਆ ਕਿ ਆਪਾਂ ਵੀ ਇਹ ਜਲਦੀ ਜਿਹੜਾ ਲੋਕਡਾਊਨ ਖਤਮ ਹੋ ਜੂਗਾ। ਸੋ ਜਿਹੜੀ ਲਿਰਨੀ ਕਸਟਰੀਨਾ ਮੈਂਬਰ ਹੈਲਥ ਮਿਨਿਸਟਰੀ ਦੀ ਆ, ਉਹਨਾਂ ਨੇ ਕਿਹਾ ਕਿ ਪਿਛਲੇ ਜਿਹੜੇ 5 ਦਿਨਾਂ ਦੇ ਵਿੱਚ ਜਿਹੜੀ ਇਹ ਰਿਪੋਰਟ ਆ ਜਿਹੜੇ ਇਹਨਾਂ ਕੇਸਾਂ ਦੀ, ਇਹ ਬਹੁਤ ਘੱਟ ਗਈ ਆ। ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਸ਼ਾਇਦ ਇਸੇ ਮਹੀਨੇ ਦੇ ਵਿੱਚ ਜਿਹੜਾ ਇਹ ਲੋਕਡਾਊਨ ਜਿਹੜਾ ਵਾ ਇਹ ਖਤਮ ਕਰ ਦਿੱਤਾ ਜਾਊਗਾ। ਅਤੇ ਉਮੀਦ ਆ ਕਿ ਕਾਫੀ ਜਿਹੜੇ ਹਾਲਾਤ ਆ ਬਹੁਤ ਹੀ ਸੁਧਰਨ ਵਾਲੇ ਹਾਲਾਤ ਆ। ਸੋ ਬਾਕੀ ਇਹਨਾਂ ਨੇ ਕਿਹਾ ਕਿ ਜਿਹੜੀ ਫਾਈਨਲ ਅਨਾਊਂਸ ਹੋਊਗੀ ਉਹ ਕੱਲ੍ਹ ਹੋਊਗੀ, ਮਤਲਬ ਜੋ ਵੀ ਦੱਸਿਆ ਜਾਊਗਾ ਵੀ ਕਿ ਵਧਾਇਆ ਜਾਂਦਾ ਜਾਂ ਨਹੀਂ ਵਧਾਇਆ ਜਾਂਦਾ, ਇਹਨੂੰ ਖਤਮ ਕਰੂਗਾ ਜਾਂ ਇਸੇ ਮਹੀਨੇ ਦੇ ਵਿੱਚ ਖਤਮ ਕਰ ਦਿੱਤਾ ਜਾਊਗਾ ਜਾਂ ਥੋੜ੍ਹਾ ਜਿਹਾ ਹੋਰ ਵਧਾਵਣਗੇ। ਸੋ ਦੋਸਤੋ, ਇੱਕ ਨਾਲ ਹੋਰ ਹੀ ਜਿਹੜੀਆਂ ਗੱਲਾਂ ਸੀਗੀਆਂ ਥੋੜ੍ਹੀਆਂ, ਇੱਕ ਦੋ ਹੋਰ ਗੱਲਾਂ ਨਾਲ ਸਾਂਝੀਆਂ ਕਰ ਲੈਂਦੇ ਤੁਹਾਡੇ ਨਾਲ। ਇਹ ਤਾਂ ਸੀਗੀ ਜਿੱਦਾਂ ਕਿ ਆਪਾਂ ਜਿਹੜੀ ਅਪਡੇਟ ਦੇਣੀ ਸੀਗੀ ਵੀ ਇੱਥੋਂ ਦੇ ਹਾਲਾਤ ਦੀ, ਸਾਈਪ੍ਰਸ ਦੇ ਹਾਲਾਤ ਦੀ। ਸੋ ਜਿੱਦਾਂ ਕਿ ਜਿਹੜੇ 12-13 ਕੇਸ ਸੀ ਜਿਹੜੇ ਪੋਜ਼ਿਟਿਵ ਪਾਏ ਗਏ ਸੀਗੇ, ਜਿਹੜੇ 12-13 ਹੀ ਜਿਹੜੇ ਸੀਗੇ ਡੈਥ ਹੋਈਆਂ ਸੀਗੀਆਂ ਜਿਨ੍ਹਾਂ ਦੀਆਂ ਪੋਜ਼ਿਟਿਵ ਪਾਏ ਸੀਗੇ ਕੇਸ। ਸੋ ਹੁਣ ਜਿਹੜੀ ਗੱਲ ਕਰਨੀ ਹੈ ਕਿ ਜਿੱਦਾਂ ਕਿ ਕਾਫੀ ਜਿਹੜੇ ਕਮੈਂਟ ਆਏ ਸੀਗੇ, ਜਿੱਦਾਂ ਕਿ ਸਟੂਡੈਂਟਾਂ ਬਾਰੇ ਇੱਕ ਕਮੈਂਟ ਆਇਆ ਸੀ ਕਾਫੀ ਲੰਬਾ, ਉਹਨਾਂ ਨੇ ਕਮੈਂਟ ਉਹਦੇ ਵਿੱਚ ਲਿਖਿਆ ਸੀਗਾ ਜਿਨ੍ਹਾਂ ਨੇ ਦੱਸਿਆ, ਉਹਨਾਂ ਦੇ ਵਿੱਚ ਕਾਫੀ ਡਿਟੇਲ ਦੱਸੀ ਕਿ ਸਟੂਡੈਂਟ ਆਉਣ ਨਾਲੋਂ ਜਾਂ ਵਰਕ ਪਰਮਿਟ ਆ ਜਾਂ ਉਹਦੇ ਵਿੱਚ ਗੁੱਡ ਵਾ ਅਤੇ ਉਹ ਵਧੀਆ ਜੇ ਕੰਮ ਆ ਤਾਂ ਉਹ ਉੱਥੇ ਤੁਸੀਂ ਆ ਜਾਓ, ਸਟੂਡੈਂਟ ਨਾ ਆਓ। ਉਹਨਾਂ ਨੇ ਆਪਣੀ ਪਰੇਸ਼ਾਨੀ ਦੱਸੀ ਇਹਦੇ ਵਿੱਚ ਕਿ ਬੈਂਕ ਅਕਾਊਂਟ ਨਹੀਂ ਖੁੱਲ੍ਹ ਰਿਹਾ, ਕੁਛ ਵੀ ਇੱਦਾਂ ਦੀਆਂ ਚੀਜ਼ਾਂ। ਦੇਖੋ, ਆਪਾਂ ਇਸ ਚੈਨਲ ਦੇ ਵਿੱਚ ਪਹਿਲਾਂ ਵੀ ਪਾਉਂਦੇ ਰਹੇ ਇਸੇ ਤਰ੍ਹਾਂ ਦੀਆਂ ਜਾਣਕਾਰੀਆਂ ਵੀ ਸਟੂਡੈਂਟ ਨੂੰ ਕੰਮ ਨਹੀਂ ਮਿਲਦੇ ਹੈਗੇ ਜਲਦੀ, ਠੀਕ ਹੈ ਜੀ। ਅਤੇ ਜਿਹੜੀ ਜੇ ਆਪਾਂ ਖਾਸ ਕਰਕੇ ਸਿੱਧੇ ਗਏ ਹਿੱਦੇ ਕਹਿੰਦੇ ਹਾਂ ਆਪਣੀਆਂ ਵੀਡੀਓ ਦੇ ਵਿੱਚ, ਜੇ ਕਹੀਏ ਕਿ ਸਾਈਪ੍ਰਸ ਦੇ ਵਿੱਚ ਸਟੂਡੈਂਟ ਆਓ ਹੀ ਨਾ, ਨਾ ਦੇਖੋ ਪਹਿਲਾਂ ਤੁਹਾਨੂੰ ਪਤਾ ਹੀ ਹੈ ਵੀ ਸਟੂਡੈਂਟ ਨੂੰ ਸਾਈਪ੍ਰਸ 'ਚ ਆਣ ਕੇ 6 ਮਹੀਨੇ ਲੱਗ ਜਾਂਦੇ, ਕੰਮ ਮਿਲਦਾ ਹੀ ਨਹੀਂ ਹੈਗਾ, ਠੀਕ ਹੈ ਜੀ। ਜੇ ਆਪਾਂ ਸਾਫ਼ ਤੌਰ 'ਤੇ ਕਹਿੰਦੇ ਹਾਂ ਕਿ ਵੀ ਨਹੀਂ ਆਉਣਾ ਚਾਹੀਦਾ, ਸਟੂਡੈਂਟ ਆਓ ਹੀ ਨਾ ਇੱਥੇ, ਤਾਂ ਉਹ ਅੱਗੇ ਉਹ ਕਮੈਂਟ ਪਤਾ ਕੀ ਆਉਂਦੇ ਆ ਕਿ ਤੁਸੀਂ ਇੱਥੇ ਬੈਠੇ ਕੀ ਕਰਦੇ ਆ ਜੇ ਸਾਈਪ੍ਰਸ ਦੇ ਵਿੱਚ ਕੰਮ ਹੀ ਹੈ ਨਹੀਂ ਹੈ, ਤੁਸੀਂ ਇੱਥੇ ਬੈਠੇ ਵੀਡੀਓ ਬਣਾ ਕੇ ਅਪਲੋਡ ਕਰ ਦਿੰਦੇ ਹਾਂ। ਸੋ ਕਾਫੀ ਵੀਡੀਓ ਦੇ ਵਿੱਚ ਆਪਾਂ ਇਹੀ ਕਹਿ ਰਿਹਾ ਕਹਿੰਦਾ ਰਿਹਾ ਮੈਂ ਵੀ ਸਟੂਡੈਂਟ ਦੇ ਹਾਲਾਤ ਜ਼ਿਆਦਾ ਇੱਥੇ ਸਾਈਪ੍ਰਸ ਵਿੱਚ ਸਹੀ ਨਹੀਂ ਹੈਗੇ। ਵਰਕ ਪਰਮਿਟ 'ਤੇ ਫਿਰ ਵੀ ਇਹ ਹੁੰਦਾ ਵੀ ਜਿਹੜਾ ਬੰਦਾ ਵਰਕ 'ਤੇ ਆਉਂਦਾ ਵਾ ਉਹ ਸਿੱਧਾ ਕੰਮ 'ਤੇ ਹੀ ਆਉਂਦਾ ਆ, ਠੀਕ ਹੈ ਜੀ। ਅਤੇ ਬਾਕੀ ਇੱਕ ਗੱਲ ਹੋਰ ਹੈ ਜਿਹੜੀ ਕਿ ਕਈ ਲੋਕ ਜਿੱਦਾਂ ਹੁਣ ਆਪਾਂ ਨਾਲ ਹੀ ਇੱਕ ਗੱਲ ਹੋਰ ਸ਼ੇਅਰ ਕਰ ਲੈਂਦੇ ਹਾਂ ਵੀਜ਼ੇ ਦੀ ਅਪਡੇਟ ਬਾਰੇ। ਜਿੱਦਾਂ ਕਿ ਇੱਕ ਵੀਜ਼ਾ ਮੈਨੂੰ ਆਪਣਾ ਮੈਸੇਜ ਸੈਂਡ ਕੀਤਾ ਕਿਸੇ ਨੇ, ਠੀਕ ਹੈ ਜੀ, ਅਤੇ ਉਹ ਡੁਪਲੀਕੇਟ ਵੀਜ਼ਾ ਹੈਗਾ ਵਾ ਅਤੇ 2 ਅਪ੍ਰੈਲ ਨੂੰ ਜਿੱਦਾਂ ਇਹ ਇਸ਼ੂ ਹੋਇਆ ਵਾ। ਦੇਖੋ ਜੀ, ਲੋਕ ਕਿੱਦਾਂ ਕਿਸੇ ਨਾਲ ਇਸ ਟਾਈਮ ਦੇ ਵਿੱਚ ਵੀ ਸਾਰਿਆਂ ਨੂੰ ਪਤਾ ਹੀ ਆ, ਫਿਰ ਵੀ ਲੋਕਾਂ ਨੂੰ ਬੇਵਕੂਫ ਬਣਾ ਰਹੇ ਆ, ਠੀਕ ਹੈ, ਡੁਪਲੀਕੇਟ ਵੀਜ਼ਾ ਭੇਜ ਰਹੇ ਆ। ਉਸ ਜੇ ਉਹ ਵੀਰ ਵੀਡੀਓ ਆਪਣੀ ਦੇਖਦਾ ਪਿਆ ਵਾ ਤਾਂ ਉਹਨੂੰ ਇਹ ਮੈਂ ਕਹਿੰਦਾ ਕਿ ਇਹ ਜਿਹੜਾ ਵੀਜ਼ਾ ਹੈ ਉਹ ਡੁਪਲੀਕੇਟ ਹੈ, ਪੈਸੇ ਵਗੈਰਾ ਆਪਣੇ ਨਾ ਫਸਾਏ, ਉਹ ਨਾ ਦਿਓ, ਠੀਕ ਹੈ ਜੀ। ਅਤੇ ਬਾਕੀ ਹੋਰ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਇਹੋ ਜਿਹੀ ਵੀਡੀਓ ਆਪਾਂ ਅਪਲੋਡ ਕਰਦੇ ਰਹਿੰਦੇ ਹਾਂ। ਅਤੇ ਬਾਕੀ ਮੈਂ ਵੀਜ਼ੇ ਦਾ ਜਿਹੜੀ ਡਿਟੇਲ ਸੀਗੀ ਮੈਂ ਤੁਹਾਨੂੰ ਦੱਸੀ ਆ, ਉਹ ਵੀਰ ਮੇਰਾ ਜਿਹੜਾ ਵੀਡੀਓ ਦੇਖਦਾ ਆ, ਠੀਕ ਹੈ, ਸੁਣਦਾ ਆ ਵੀਡੀਓ, ਅਤੇ ਆਪਣੇ ਉਹ ਮਤਲਬ ਆਪਣੇ ਪੈਸੇ ਪੂਸੇ ਨਾ ਫਸਾਵੇ, ਠੀਕ ਹੈ ਜੀ। ਅਤੇ ਇੰਨੀ ਕੁ ਗੱਲਬਾਤ ਸੀਗੀ ਅੱਜ ਇਸ ਵੀਡੀਓ ਦੇ ਵਿੱਚ। ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ, ਸਭ ਰੱਖ।